ਪਿਆਰੇ ਸਰੋਤਿਓ, ਇਸ ਸੈਗਮੈਂਟ ਵਿੱਚ ਬਾਬੂ ਰਾਜਬਲੀ ਜੀ ਦੀ ਦੇਸ਼ ਭਗਤੀ ਦੀ ਭਾਵਨਾ ਬਾਰੇ ਗੱਲਬਾਤ ਕਰਾਂਗੇ। ਬਾਬੂ ਰਾਜਬਲੀ ਜੀ ਨੇ ਅੱਧੀ ਸਦੀ ਤੋਂ ਵੱਧ ਸਮਾਂ ਅੰਗਰੇਜ਼ਾਂ ਦੀ ਗੁਲਾਮੀ ਵਾਲਾ ਅਨੁਭਵ ਆਪਣੇ ਹੱਡਾਂ ਨਾਲ ਹੰਡਾਇਆ ਹੈ। ਉਹ ਇੱਕ ਚੇਤਨ ਅਤੇ ਦੇਸ਼ ਭਗਤ ਕਵੀ ਹੋਣ ਕਰਕੇ ਗੁਲਾਮੀ ਦੇ ਜੀਵਨ ਨੂੰ ਸਖ਼ਤ ਨਫ਼ਰਤ ਕਰਦਾ ਹੈ ਅਤੇ ਦੇਸ਼ ਭਗਤ ਸ਼ਹੀਦਾਂ ਦਾ ਆਸ਼ਕ ਹੈ। ਉਹ ਅੰਗਰੇਜ਼ ਸਾਮਰਾਜ ਵੱਲੋਂ ਹਿੰਦੁਸਤਾਨ ਦੇ ਗੁਲਾਮ ਬੰਦਿਆਂ ਨਾਲ ਕੀਤੇ ਜਾਂਦੇ ਅਣਮਨੁੱਖੀ ਵਤੀਰੇ ਤੋਂ ਸਤਿਆ ਹੋਇਆ ਹੈ। ਉਹ ਅੰਗਰੇਜ਼ ਸਾਮਰਾਜ ਵੱਲੋਂ ਹਿੰਦੁਸਤਾਨ ਦੀ ਕੀਤੀ ਗਈ ਅਤੇ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਢੰਡੋਰਾ ਦਿੰਦਾ ਹੈ। ਸਾਮਰਾਜੀ ਸਰਮਾਏਦਾਰੀ ਕਿਸ ਤਰ੍ਹਾਂ ਕੌਮੀ ਸਰਮਾਏਦਾਰੀ ਦੇ ਪਰ ਨਹੀਂ ਲੱਗਣ ਦਿੰਦੀ, ਇਸ ਹਕੀਕਤ ਨੂੰ ਬਾਬੂ ਜੀ ਇਸ ਤਰ੍ਹਾਂ ਛੰਦਬੰਦ ਕਰਦੇ ਹਨ। ਪੰਜਾਂ ਦਰਿਆਵਾਂ ਦੇ ਰਹਿਣ ਵਾਲਿਓ, ਬਘਿਆੜੀਆਂ ਨੂੰ ਜਰਮਿਓ, ਵੰਸਾਂ ਵਾਂਗੂ ਆਪ 'ਚ ਖਹਿਣ ਵਾਲਿਓ, ਸੁਣੋ ਜਵਾਨ ਭਰਮਿਓ, ਕੰਮ ਬਰਿਆਮੀ ਦੇ ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ। ਕਹਿਣਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ, ਪੁੱਤਰ ਇੱਕ ਮਾਂ ਦਿਓ, ਬੁਰਜੋ ਸਾਰੇ ਦੇ ਜਿਹੜੇ ਦੇ ਕੇ ਜਾਨਾਂ ਨੂੰ, ਗਿਰਨ ਹੇਠਾਂ ਬਾਂਹ ਦਿਓ, ਲੰਮੀ ਫਰਿਆਦ ਗੱਭਰੂਓ, ਕਰ ਲਓ ਵਤਨ ਨੂੰ ਆਜ਼ਾਦ ਗੱਭਰੂਓ। ਤੁਹਾਡਾ ਧਨ ਲੁੱਟ ਕੇ ਬਣਾ ਲੈ ਬੰਗਲੇ ਬਲੈਤ ਵਾਲੇ ਗੋਰਿਆਂ ਨੇ, ਭਾਰਤੀ ਧਨਾੜ ਸਾਰੇ ਹੋ ਗਏ ਕੰਗਲੇ, ਸੁਕਾ ਅਤੇ ਚੰਮ ਝੋਰਿਆਂ ਨੇ, ਇਹੋ ਜਿਹੀ ਖਰੀ ਸਾਮੀ ਦੇ ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ। ਸਾਨੂੰ ਬਾਜਰਾ ਪਲਾ ਚੱਟਣ ਪਿਆਜ਼ਾਂ 'ਤੇ ਕੀ ਤਕਦੀਰਾਂ ਖੋਟੀਆਂ, ਲੈ ਗਏ ਕਣਕ ਕਰਾਚੀਓਂ ਜਹਾਜ਼ਾਂ 'ਤੇ, ਬਣਾਉਂਦੇ ਡਬਲ ਰੋਟੀਆਂ, ਹੈ ਉਸਤਾਦ ਗੱਭਰੂਓ, ਕਰ ਲਓ ਵਤਨ ਨੂੰ ਆਜ਼ਾਦ ਗੱਭਰੂਓ। ਤਿੰਨੇ ਕੌਮਾਂ ਬਹਿ ਨਿਬੇੜ ਲਓ ਪੰਚਾਇਤ ਮੇਂ, ਜਦ ਬੁਰੀ ਹਮੇਸ਼ ਦੀ, ਜਿੰਨੇ ਕਾਰਖਾਨੇ ਚੱਲਦੇ ਬਲੈਤ ਮੇਂ, ਕਪਾਸ ਸਾਡੇ ਦੇਸ਼ ਦੀ, ਹੱਸਣ ਲਾਮੀ ਸ਼ਾਮੀ ਦੇ ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ। ਫੁੱਟ ਨੇ ਬਣਾਤੇ ਪਾੜ ਵਾਂਗ ਫੁੱਟਦੇ ਅਜੇ ਤਿਆਗੀ ਫੁੱਟਣਾ, ਬੇਨਸੀਬੋ ਸ਼ੀਹਾਂ ਨੂੰ ਗਿੱਦੜ ਕੁੱਟਦੇ ਜੁੱਟੋ ਭਰੀ ਗਈ ਘੁੱਟਣਾ, ਹੋਏ ਬਰਬਾਦ ਗੱਭਰੂਓ, ਕਰ ਲਓ ਵਤਨ ਨੂੰ ਆਜ਼ਾਦ ਗੱਭਰੂਓ। ਬਾਬੂ ਜੀ ਨੌਜਵਾਨਾਂ ਨੂੰ ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ ਅਤੇ ਕਰ ਲਓ ਵਤਨ ਨੂੰ ਆਜ਼ਾਦ ਗੱਭਰੂਓ ਦੀ ਬੰਗਾਰ ਪਾਉਂਦਾ ਹੈ। ਬਾਬੂ ਰਾਜਬਲੀ ਪੂਰੀ ਤਰ੍ਹਾਂ ਅਨੁਭਵ ਕਰਦਾ ਹੈ ਕਿ ਆਜ਼ਾਦੀ ਦੀ ਲੜਾਈ ਲੜਨ ਲਈ ਸੰਪਰਦਾਇਕ ਏਕਤਾ ਬਹੁਤ ਜ਼ਰੂਰੀ ਹੈ। ਉਹ ਆਪਸੀ ਮਤਭੇਦਾਂ ਨੂੰ ਆਪੋ ਵਿੱਚ ਬੈਠ ਕੇ ਹੱਲ ਕਰਨ ਦੇ ਵਾਸਤੇ ਪਾਉਂਦਾ ਹੈ। ਉਹ ਤਾਂ ਆਪਣੇ ਦੇਸ਼ ਦੇ ਕੱਚੇ ਮਾਲ ਦੇ ਹੋ ਰਹੇ ਸ਼ੋਸ਼ਿਤ ਪੁਣੇ ਵੱਲ ਵੀ ਝਾਤ ਪਵਾਉਂਦਾ ਹੈ। ਬਾਬੂ ਜੀ ਕਹਿੰਦੇ ਹਨ, ਤਿੰਨੇ ਕੌਮਾਂ ਬਹਿ ਨਿਬੇੜ ਲਓ ਪੰਚਾਇਤ ਮੇਂ, ਜਿੱਦ ਬੁਰੀ ਹਮੇਸ਼ ਦੀ, ਜਿੰਨੇ ਕਾਰਖਾਨੇ ਚੱਲਦੇ ਬਲੈਤ ਮੇਂ, ਕਪਾਸ ਸਾਡੇ ਦੇਸ਼ ਦੀ, ਹੱਸਣ ਲਾਮੀ ਸ਼ਾਮੀ ਦੇ ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ, ਲਾਹ ਦਿਓ ਗਲਾਂ 'ਚੋਂ ਤਬਕ ਗੁਲਾਮੀ ਦੇ। ਬਾਬੂ ਰਾਜਬਲੀ ਮਨੁੱਖ ਦੀ ਆਜ਼ਾਦੀ ਦਾ ਲੰਬਰਦਾਰ ਹੈ। ਉਹ ਹਿੰਦੁਸਤਾਨ ਨੂੰ ਗੁਲਾਮੀ ਦੇ ਹਨੇਰੇ ਵਿੱਚੋਂ ਨਿਕਲ ਕੇ ਆਜ਼ਾਦੀ ਦੀ ਰੋਸ਼ਨੀ ਵੱਲ ਲਿਜਾਣ ਲਈ ਪ੍ਰਤੀਬੱਧ ਹੈ। ਉਹ ਕਾਂਗਰਸ ਦੇ ਗਰਮ ਧੜੇ ਵੱਲ ਹਮਦਰਦੀ ਰੱਖਦਾ ਹੈ ਅਤੇ ਹਿੰਦੁਸਤਾਨ ਦੇ ਸ਼ਹੀਦ ਦੇਸ਼ ਭਗਤਾਂ ਦਾ ਵੱਡਾ ਮਦਈ ਹੈ।
ਰਾਜਬਲੀ ਨੇ ਹਿੰਦੁਸਤਾਨ ਦੀ ਆਜ਼ਾਦੀ ਦਾ ਸੰਬੰਧ ਇਸ ਵਿੱਚ ਕਈ ਬਹੁਤ ਹੀ ਖੂਬਸੂਰਤ ਕਵਿਤਾਵਾਂ ਲਿਖੀਆਂ ਜਿਹੜੀਆਂ ਇਸ ਦੇ ਦਿਲ ਦੇ ਅੰਦਰੋਂ ਚਸ਼ਮੇ ਵਾਂਗ ਆਪ ਮੁਹਾਰੇ ਫੁੱਟੀਆਂ ਹਨ, ਜਿਨ੍ਹਾਂ ਵਿੱਚ ਬਨਾਵਟੀ ਅੰਸ਼ ਨਾ ਮਾਤਰ ਵੀ ਨਹੀਂ ਹੈ। ਉਸ ਨੇ ਫਰੰਗੀ ਸਾਮਰਾਜ ਦੀ ਨਿੰਦਿਆ ਕੀਤੀ ਹੈ ਅਤੇ ਦੇਸ਼ ਭਗਤ ਸ਼ਹੀਦਾਂ ਦਾ ਪੂਰੇ ਮਨ ਨਾਲ ਜਸ ਗਾਇਆ ਹੈ। ਰਲੇ ਸ਼ਹੀਦੀ ਟੋਲੇ ਦੇ ਵਿੱਚ ਗਦਰੀ ਬਾਬੇ ਜੀ, ਊਧਮ ਸਿੰਘ ਤੇ ਸੇਵਾ ਸਿੰਘ ਕਰਤਾਰ ਸਰਾਭੇ ਜੀ, ਭਾਰਤ ਦੇ ਅਣਖੀਲੇ ਕਿਸੇ ਦਿਨ ਖੂਨ ਬਜ਼ਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਡੇਢ ਸਦੀ ਹੈ ਗੁਜਰੀ ਕਰਦੇ ਰਾਜ ਫਰੰਗੀ ਨੂੰ, ਮੁਸ਼ਕਲ ਜੀਵਨ ਹੋ ਗਿਆ ਬੜੀ ਪਚਾਵਣ ਤੰਗੀ ਨੂੰ, ਕਾਲਾ ਲੋਕ ਪੁਕਾਰਨ ਦਿਲ ਸੇ ਕਰਨ ਹਕਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਰਾਜ ਖਜ਼ਾਨਾ ਖੋਲਿਆ ਕਰਤੇ ਇੰਡੀਆ ਖੋਖਲੇ, ਸਭ ਤੋਂ ਪਹਿਲਾਂ ਨਿਤਰੇ ਤਿਲਕ ਬ੍ਰਾਹਮਣ ਗੋਖਲੇ, ਬੜੀ ਹਕੂਮਤ ਜ਼ੁਲਮੀ ਖੜਕੇ ਪੜਨੇ ਭਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਜੌਹਰ ਸ਼ੌਕਤ ਗਰਜਣ ਉੱਪਰ ਖੜੇ ਸਟ ਜਾਂਦੇ, ਸੁਣ ਕੇ ਕੰਬਣੀ ਚੜ ਜਾਏ ਧੜਕਣ ਦਿਲ ਅੰਗਰ ਜਾਂਦੇ, ਸੀਨਿਆਂ ਵਿੱਚ ਅੱਗ ਲਾਤੀ ਚੜਨ ਜੋਸ਼ ਹਰਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਗਾਂਧੀ ਨੇ ਹੱਦ ਕਰਤੀ ਸੀ ਦੁੱਧ ਪੀ ਕੇ ਬੱਕਰੀ ਦਾ, ਜਾਨ ਤਲੀ ਤੇ ਧਰ ਕੇ ਤਕੜੇ ਦੇ ਨਾਲ ਟੱਕਰੀ ਦਾ, ਮੈਂ ਸਵਰਾਜ ਦਵਾ ਦੂੰ ਲੱਗ ਗਿਆ ਦੇਣ ਬੁਸ਼ਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਅਬਦੁਲ ਕਲਾਮ ਤੇ ਨੇਤਾ ਅੰਮ੍ਰਿਤਸਰ ਦਾ ਕਿਚਲੂ ਜੀ, ਬਰਖਿਲਾਫ ਜੋ ਬੋਲੇ ਜੀਵ ਹਕੂਮਤ ਖਿਚਲੂ ਜੀ, ਕਰਨ ਫਰੰਗੀ ਆਣ ਇਕਬਾਲ ਜਿਨ੍ਹਾਂ ਦੀ ਜ਼ਿਆਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਚੰਦਰ ਸੁਭਾਸ਼ ਪਟੇਲ ਹੈ ਸੋਹਣੇ ਹਿੰਦ ਦੇ ਲਾੜੇ ਜੀ, ਚੰਗੇ ਆੜਨ ਤੜ ਮਾਰਨ ਪਿੰਜਰਿਆਂ ਦੇ ਵਿੱਚ ਤਾੜੇ ਜੀ,
ਦਸ ਵਾਰ ਕੱਟ ਕੇ ਜੇਲਾਂ ਨਹਿਰੂ ਕਰੇ ਸਦਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਵਤਨ ਪਿਆਰੇ ਕਾਰਨ ਮਰੇ ਬਹਾਦਰ ਕੂਕੇ ਜੀ, ਪਕੜ ਹਕੂਮਤ ਜ਼ੁਲਮੀ ਤੋਪਾਂ ਦੇ ਨਾਲ ਫੂਕੇ ਜੀ। ਤੂੰਬਾ ਤੂੰਬਾ ਉੱਡ ਗਏ ਬਨ ਕੇ ਖੜੇ ਕਰਾਰਤ ਕਤਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਰਲੇ ਸ਼ਹੀਦੀ ਟੋਲੇ ਦੇ ਵਿੱਚ ਗਦਰੀ ਬਾਬੇ ਜੀ, ਊਧਮ ਸਿੰਘ ਤੇ ਸੇਵਾ ਸਿੰਘ ਕਰਤਾਰ ਸਰਾਬੇ ਜੀ। ਭਾਰਤ ਦੇ ਅਣਖੀਲੇ ਇੱਕ ਦਿਨ ਖੋਣ ਬਜ਼ਾਰਤ ਨੂੰ, ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ। ਪੁੱਤਰ ਬਹਾਦੁਰ ਬਣ ਲੈ ਦੁੱਧ ਚੁੰਘ ਅਣਖੀ ਮਾਵਾਂ ਦਾ, ਡਾਂਗਾਂ ਦੇ ਨਾਲ ਪੰਨਤਾ ਲਾਜਪਤ ਰਾਏ ਜਗਰਾਵਾਂ ਦਾ, ਫੜ ਕੇ ਸ਼ੇਰ ਪੰਜਾਬੀ ਪਲ ਵਿੱਚ ਕਰਤਾ ਗਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਜਲਿਆਂ ਵਾਲੇ ਬਾਗ ਚ ਜਲਸਾ ਤਿਹਾਂ ਕਲਾਸਾਂ ਦਾ, ਡੈਰ ਉਡਵਾਇਰ ਹੁਕਮ ਦੇ ਫਰਸ਼ ਵਿਛਾਤਾ ਲਾਸ਼ਾਂ ਦਾ, ਤੋਪ ਚਲਾ ਕੇ ਢਾਉਂਦੇ ਉਸਰੀ ਧਰਮ ਇਮਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਹੁਣ ਸ਼ਹੀਦ ਅਕਾਲੀ ਮਗਰ ਸੁਨਹਿਰੀ ਮੈਣਾਉਂਦੇ, ਇੰਜਣ ਹੇਠ ਸਿਰ ਰੱਖਤੇ ਉੱਪਰ ਲਟ ਗਏ ਲੈਣਾਉਂਦੇ, ਦਾਣਿਆਂ ਵਾਂਗੂ ਭੁੰਨਤੇ ਜੈ ਤੂੰ ਸ਼ੇਰ ਸ਼ਰਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਭਗਤ ਸਿੰਘ ਤੇ ਦੱਤ ਨੂੰ ਸਾਰਾ ਦੇਸ਼ ਸਲਾਹੇ ਜੀ, ਬਾਬੂ ਲਿਆਣ ਲਾਹੌਰ ਜ਼ਾਲਮਾਂ ਦੇ ਤੇ ਫਾਹੇ ਜੀ। ਸੀਸ ਵਤਨ ਤੋਂ ਵਾਰੇ ਰੱਬ ਨਾਲ ਕਰਨ ਤਜਾਰਤ ਨੂੰ, ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ। ਦੇਸ਼ ਭਗਤਾਂ ਦਾ ਜਸ ਗਾਉਂਦੇ ਹੋਏ ਬਾਬੂ ਰਾਜਬਲੀ ਜੀ ਪੰਜ ਪਸਤੌਲਾਂ ਵਾਲੇ ਛੰਦ ਵਿੱਚ ਇਸ ਤਰ੍ਹਾਂ ਲਿਖਦੇ ਹਨ। ਦਫ਼ਤਰ ਮੂਹਰੇ ਖੜ ਗਏ ਭਰਕੇ ਤੇ ਪਸਤੌਲ,
ਭਗਤ ਛੱਡੇ ਅੰਗਰੇਜ਼ ਤੇ ਪੈਣ ਕਾਲ ਜੇ ਹੋਲ ਟੋਲੀ ਆਣ ਸੜਕ ਤੇ ਅੜਕੀ ਦਫ਼ਤਰ ਬੰਦ ਹੋ ਘੰਟੀ ਖੜਕੀ ਘੇਰਨ ਲਾਉਣ ਸ਼ਿਕਾਰੀ ਜਾਲਾ ਆਵੇ ਮੂਨਾ ਦੇ ਵਿੱਚ ਕਾਲਾ ਚੁੱਕਿਆ ਗੜਾ ਉਤਾਹਾਂ ਨੂੰ ਹੁਣੀ ਖੜੀ ਸਾਂਡ ਰਸ ਕੋਲੇ ਲੱਗ ਗਈ ਗਿਣਨੇ ਸਾਹਾਂ ਨੂੰ ਸਜਦੇ ਸੂਟ ਜੋ ਚੜਨ ਬਰਾਤਾਂ ਗਬਰੂ ਖੜ ਗਏ ਲਾ ਕਰ ਕਾਤਾਂ ਬਹੁਤੀ ਆਕੜ ਕਰੇ ਹੰਕਾਰੀ ਟੰਗ ਨੂੰ ਵਲ ਕੇ ਹੁਬਕਲੀ ਮਾਰੀ ਚੜ ਗਿਆ ਸਾਈਕਲ ਚੰਗੀ ਤੇ ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ ਛੱਡਤਾ ਭਗਤ ਜਵਾਨ ਨੇ ਭਰ ਕੇ ਪਾਇਆ ਸ਼ੋਰ ਕਲਰਕਾਂ ਡਰ ਕੇ ਅੱਖੀਆਂ ਮੀਚਣ ਸਾਈਕਲ ਪਿੜ ਗਏ ਕਿਧਰੇ ਟੋਪ ਅੰਗਰੇਜ਼ੀ ਰਿੜ ਗਏ ਸੁੱਚੀਆਂ ਟਾਈਆਂ ਲਿਬੜਦੀਆਂ ਫਿੱਸੀਆਂ ਗੋਰੀਆਂ ਗੋਗੜਾਂ ਗੋਰੇ ਅੱਧ ਪੱਕ ਚਿਬੜਦੀਆਂ ਸਾਰਾ ਜੁੱਸਾ ਥਰ ਥਰ ਕੰਬ ਗਿਆ ਫੱਟੜ ਰੋਜ਼ ਬਥੇਰਾ ਰੰਭ ਗਿਆ ਆ ਗਈ ਹੋਣੀ ਰਤ ਦੀ ਪਿਆਸੀ ਭੱਜ ਗਿਆ ਕਿਧਰੇ ਨੰਗ ਚਪੜਾਸੀ ਪੇਚੇ ਭੈਣ ਪਤੰਗੀ ਤੇ ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ ਆ ਗਈ ਰਾਜਗੁਰੂ ਦੀ ਵਾਰੀ ਪਿਸਟਲ ਭਰ ਕੇ ਗੋਲੀ ਮਾਰੀ ਹੋ ਗਿਆ ਸ਼ਹਿਰ ਵਿਚਾਲੇ ਸਾਕਾ ਇੱਕ ਬਟੇ ਦੋ ਕੋ ਸੁਣੇ ਧੜਾਕਾ ਰੁਗੋ ਮਾਸ ਕੱਢ ਲਿਆ ਗਰਦਨ ਦਾ ਦਰਦ ਬੜਾਵਣ ਚੜ ਗਿਆ ਦਰਦੀ ਭਾਰਤ ਦਰਦਣ ਦਾ ਦੋਵੇਂ ਮੋਰ ਵਿਚਾਲਿਓ ਪਾਟੇ ਲੱਗ ਗਏ ਰਤ ਦੇ ਭੈਣ ਤਲਾਟੇ ਪੈ ਗਿਆ ਗਲ ਚ ਟੋਪ ਦਾ ਫੀਤਾ ਪੀੜਾਂ ਲੱਗੀਆਂ ਹਾਏ ਹਾਏ ਕੀਤਾ ਚੀਰ ਬਣਾ ਤੇ ਸੰਗੀਤੇ ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ ਫਿਰ ਸੁਖਦੇਵ ਚਲਾਤੀ ਗੋਲੀ ਰਾਹੀ ਪਾਉਂਦੇ ਕਾਵਾਂ ਰੌਲੀ ਸੌਰੀ ਟੀਂਟੀ ਕਰਦੀ ਜਾਂਦੀ ਰਾਜੀ ਕਿਚਲੂ ਝੁਰਦਾ ਗਾਂਦੀ ਰੰਗਣਾ ਚੜੀ ਜਵਾਹਰ ਨੂੰ ਐ ਅੰਗਰੇਜ਼ ਦਬਲਿਓ ਹਿੰਦੁਸਤਾਨੋਂ ਬਾਹਰ ਨੂੰ ਹੋ ਗਿਆ ਖੜਕਾ ਭੱਜ ਗਏ ਤੂੰਬੇ ਗਿਰਦੇ ਫਿਰਦੇ ਰਤ ਦੇ ਬੂੰਬੇ ਸੀ ਲਾਲ ਮਖਮਲ ਵਰਗੀ ਦੇਹੀ ਵੱਜ ਕੇ ਤੇਜ ਬਰੂਦਾਂ ਫੇਹੀ ਕਰਦੇ ਜੈਸੇ ਕਰਦੇ ਨਰੰਗੀ ਤੇ ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ ਚੰਦਰ ਸ਼ੇਖਰ ਰੌਂਦ ਚਲਾਇਆ
ਮਾਂ ਦੇ ਲਾਲ ਜਬ ਸਕੂਟ ਆਇਆ, ਕਾਰਤੂਸ ਕੱਢਤਾ ਮੋਟੇ ਪੱਟ ਚੋਂ, ਗਿਰਦਾ ਸੁਰਖ ਲਹੂ ਜਿਹਾ ਫੱਟ ਚੋਂ, ਦੋ ਜਿਵੇਂ ਦੁਨਾਲੇ ਮੋਗੇ ਜੀ, ਬੰਗਲੇ ਹਿੰਦ ਚੋਂ ਲਾਉਣ ਉਡਾਰੀ, ਚੁਗਣ ਬਲੈ ਤੋਂ ਚੋਗੇ ਜੀ, ਜਿਹੜੇ ਬੁੱਲ ਸਨ ਪਾਨੂ ਪਤਲੇ, ਪਾੜਿਆ ਮਾਸ ਖੜਾ ਤੇ ਗਤਲੇ, ਹੋ ਗਏ ਲੰਦਨ ਦੇ ਅੱਜ ਟੈਲੇ, ਚੜ ਗਏ ਦੋ ਦੋ ਉਂਗਲਾਂ ਮੈਲੇ, ਉਸ ਦੀ ਇੱਕ ਜਿਹੀ ਨੰਗੀ ਤੇ, ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ, ਜੈ ਗੋਪਾਲ ਚਲਾਤੀ ਮਗਰੋਂ, ਡੂੰਗਾ ਟੋਆ ਬਣਾਤਾ ਗਗਰੋਂ, ਲੱਗ ਗਿਆ ਸੀਸ ਜਿਮੀ ਤੇ ਲੋਟਣ, ਪੱਕੀਆਂ ਸੜਕਾਂ ਫਿਸ ਗਿਆ ਟੋਟਣ, ਗੇੜਾ ਬਨ ਲਿਆ ਬਾਵਾਂ ਨੇ, ਤੇ ਜੱਟ ਮਿਰਜੇ ਵਾਂਗੂ ਝੁਰਮਟ ਪਾ ਲਿਆ ਕਾਵਾਂ ਨੇ, ਪਿੱਟ ਕੇ 10-15 ਸਾਲੀ ਧਾਂਦਲ, ਪਿੱਟ ਕੇ 10-15 ਸਾਲ ਧਾਂਦਲ, ਬਾਬੂ ਗੋਰੇ ਟੱਪ ਗਏ ਚਾਂਦਲ, ਸਾਜੋ ਬਿਨਾ ਕਵੀ ਸੁਰ ਗੱਜਦੇ, ਕਿਸੇ ਦੇ ਤੂੰਬੇ ਟਣ ਟਣ ਵੱਜਦੇ, ਕਈ ਸੁਰ ਲਾਉਣ ਸਰੰਗੀ ਦੇ, ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ, ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਰੰਗੀ ਤੇ, ਮਾਰਿਆ ਜਦੋਂ ਲਾਹੌਰ ਮੇਂ ਗੋਲੀ ਸੇ ਅੰਗਰੇਜ਼, ਤਾਰ ਜ਼ਰੂਰੀ ਵੈਸਰਾ ਦੇ ਲੰਡਨ ਨੂੰ ਭੇਜ, ਸੁਣ ਸਾਨ ਛਾਉਣੀਆਂ ਜੀ ਰੌਣਕਾਂ ਘਟੀਆਂ ਹੋਣ, ਬੰਦ ਹੱਟੀਆਂ ਹੋਣ ਨਾ ਮੈਚ ਕਰਨ ਨਾ ਕੈਚ, ਬਾਲ ਜੈ ਰੁਲਦੇ ਬੈਟ ਪੈ ਖੁੰਜੇ, ਹੁਣ ਸੂਟ ਇਸਤਰੀ ਨਾ ਰੇਸ਼ਮੀ ਟਾਈ ਕਦੇ ਨਾ ਲਾਈ, ਲੈ ਹੈਂਡ ਕਰ ਚੀਫ ਨਹੀਂ ਮੁੱਖ ਪੂੰਜੇ, ਪੈ ਗਿਆ ਸੋਗ ਬਗਲਿਆ ਮੇ ਅੜੇ ਅੰਗਰੇਜ਼, ਲਾਉਣ ਨਾ ਮੇਜ ਹਾੜ ਨੂੰ ਅੰਦਰੇ ਗੇਟ ਨੂੰ, ਜਿੰਦਰੇ ਸੜਕ ਤੇ ਪਹਿਰੇ ਕਹਿਣ ਦੜ ਵੱਟ ਲਓ, ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਹਰੇ ਮਾਰਤੇ, ਗੋਰੇ ਹੁਕਮ ਨਾ ਮੰਨਦੇ ਛਾਉਣੀਆਂ ਪੱਟ ਲਓ, ਹੱਥ ਲਾਏ ਮੈਲੀਆਂ ਜੀ ਹੁਣ ਜੋ ਮੇਮਾਂ ਛੱਡ ਗਈਆਂ ਗੇਮਾਂ, ਕੇਸ ਜੈ ਭੂਰੇ ਮੱਥੇ ਦੇ ਮੂਹਰੇ ਉੜਦੀਆਂ ਭੂੰਦਾਂ, ਕੁਲਜ ਗਏ ਕੇਸੂ ਮੈਲ ਲੁਕੰਗ ਗਲਾਸਾਂ ਤੇ, ਚੰਬੇ ਦੀਆਂ ਕਲੀਆਂ ਅਤਲ ਦੀਆਂ ਪਲੀਆਂ, ਲੈਣ ਨਾ ਖੁਸ਼ਬੂ ਖੇੜੇ ਫੁੱਲ ਕੇਸੂ, ਬੰਦ ਸ਼ੀਸ਼ੀ ਵਿਸਕੀਆਂ ਦੀ ਕਿਸਮਤਾਂ ਮੰਦੀਆਂ, ਨਾਚ ਘਰੋਂ ਬੰਦੀਆਂ, ਜਾਣ ਨਾ ਮੈਸ ਜਗਣ ਨਾ ਗੈਸ, ਇਵੇਂ ਰੋ ਧੋ ਕੇ 4 ਦਿਨ ਕੱਟ ਲਓ, ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਹਰੇ ਮਾਰਤੇ, ਗੋਰੇ ਹੁਕਮ ਨਹੀਂ ਮੰਨਦੇ ਛਾਉਣੀਆਂ ਪੱਟ ਲਓ, ਗਈਆਂ ਪਾਟ ਜੁਰਾਬਾਂ ਜੀ ਬੂਟ ਦੇ ਤਸਮੇ ਬੰਨਣ ਦਿਨ ਦਸਵੇਂ, ਖਬਰ ਨਾ ਬੁੱਲ ਦੀ ਲਿਪਸਟਿਕ ਰੁਲਦੀ, ਕਰਨ ਨਾ ਸੈਰ ਵਕਤ ਨੂੰ ਫੜੀਆਂ, ਚੈਨ ਟੁੱਟ ਗਿਆ ਸੁਨਹਿਰੀ ਜੈ ਸ਼ਹਿਰ ਨਾ ਜਾਂਦੇ ਹੋਰ ਨਾ ਲਿਆਂਦੇ, ਦੇਣ ਨਾ ਚਾਬੀ ਖੜ ਗਈਆਂ ਘੜੀਆਂ, ਹੈ ਨਾ ਲਜਤ ਕਬਾਬਾਂ ਮੇਂ ਗਈਆਂ ਲੱਗ ਮਿੱਟੀਆਂ ਪਲੇਟਾਂ, ਚਿੱਟੀਆਂ ਕੱਚੇ ਜਾਏ ਕੇਕ ਲੱਗੇ ਨਾ ਸੇਕ, ਬਿਸਕੁਟਾਂ ਰੁੱਖੀਆਂ ਮੱਖਣ ਨਾਲ ਚੱਟ ਲਓ, ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਹਰੇ ਮਾਰਤੇ, ਗੋਰੇ ਹੁਕਮ ਨਹੀਂ ਮੰਨਦੇ ਛਾਉਣੀਆਂ ਪੱਟ ਲਓ,
ਹੱਕ ਮੰਗਣ ਬਰਾਬਰ ਦੇ ਭਾਰਤੀ ਫੌਜੀ ਜਾਣ ਨਿਤ ਖੌਜੀ ਗੋਰ ਜਿਨੀ ਤਨਖਾਹ ਲੜਨ ਪਏ ਅਨਗਾ ਪਾਮ ਦੇ ਭੜਥੂ ਉਡਾਉਂਦੇ ਪੱਚਰੇ ਮਾਰਿਆ ਇਟਲੀ ਜਰਮਨੀ ਨੂੰ ਮਿਸਰ ਦੀ ਧਰਤੀ ਲਹੂ ਨਾਲ ਭਰਤੀ ਰੁੜਦੀਆਂ ਸਿਰੀਆਂ ਰੁੜਨ ਜਿਉਂ ਕਚਰੇ ਗਏ ਬਦਲ ਜਮਾਨੇ ਜੀ ਸਮਾਂ ਹੋਰ ਆਇਆ ਵਿਗੜ ਗਈ ਰਾਇਆ ਨਵੇਂ ਸੁਰ ਪੜ ਗਏ ਨਾ ਦਫ਼ਤਰੀ ਵੜ ਗਏ ਨਰਮੀਆਂ ਵੱਲ ਤੋਂ ਮਾਮਲਾ ਘੱਟ ਲਓ ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਰ ਇਮਾਰਤੇ ਗੋਰੇ ਹੁਕਮ ਨਹੀਂ ਮੰਨਦੇ ਛਾਉਣੀਆਂ ਪੱਟ ਲਓ ਅੱਗੇ ਹੱਥ ਨਾ ਉਠਾਉਂਦੇ ਸੀ ਵਰਜਦਾ ਗਾਂਧੀ ਪੇਸ਼ ਨਾ ਜਾਂਦੀ ਸੱਤਿਆਗ੍ਰਹਿ ਕਰਦੇ ਬਹਾਦਰ ਪਰਦੇ ਫੇਰ ਗਏ ਅੱਖੀਆਂ ਲੈਣ ਨਾ ਛਿਕਲੇ ਰਹਿੰਦੇ ਤਿਆਰ ਪ੍ਰਸਾਦਾਂ ਨੂੰ ਨਹੀਂ ਗੱਲ ਮੰਨਦੇ ਆਡਰ ਭੰਨਦੇ ਤੋੜ ਕੇ ਪਿੰਜਰੇ ਬਾਹਰ ਸ਼ੀਂ ਨਿਕਲੇ ਬਾਗੀ ਕਰਨ ਬਗਾਵਤ ਜੀ ਰਣ ਤਿੰਨ ਕੋਮਾ ਪਿਆ ਫੁੱਟ ਸੋਮਾ ਭਗਤ ਸਿੰਘ ਜਵਾਨ ਕਰੂ ਨੁਕਸਾਨ ਅਰਜ ਕਰੇ ਕਿੰਗ ਨੂੰ ਪਿੱਛੇ ਨੂੰ ਹਟ ਲਓ ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਰ ਇਮਾਰਤੇ ਗੋਰੇ ਹੁਕਮ ਨਹੀਂ ਮੰਨਦੇ ਛਾਉਣੀਆਂ ਪੱਟ ਲਓ ਬੰਗ ਭਲੇ ਮਾਨਸਾਂ ਦੇ ਛੋੜ ਦੇ ਇੰਡੀਆ ਫਰੰਗੀ ਇੰਡੀਆ ਨਹੀਂ ਦਾ ਚੱਲਦੇ ਅੱਗੇ ਭੀਮ ਮਲ ਦੇ ਡੇਗ ਤੇ ਹਾਥੀ ਮਾਰ ਕੇ ਮੋਢੇ ਉਸ ਖਾਨਦਾਨ ਚੋਂ ਜੀ ਜਾਣ ਦੇ ਮਰਨ ਕਰੇ ਵੇ ਪਰਨ ਹਟਣਗੇ ਬੰਨ ਕੇ ਬਿਸਤਰੇ ਥੋਡੇ ਬਸ ਹੋ ਗਈ ਆਪਣੀ ਜੀ ਅੱਗੇ ਕੀ ਵੇਂਦਿਓ ਆਜ਼ਾਦੀ ਦੇ ਦਿਓ ਕਰੋ ਕੁਝ ਸ਼ਰਮ ਤਾਰ ਦੋ ਧਰਮ ਬਾਬੂ ਹੱਥ ਜੋੜ ਸੱਚੇ ਨੂੰ ਰਟ ਲਓ ਭਿੱਜ ਤਾਰ ਵੈਸਰਾ ਜੀ ਨਵੇਂ ਉੱਠ ਸ਼ੋਰ ਮਾਰ ਤੇ ਗੋਰ ਹੁਕਮ ਨਾ ਮੰਨਦੇ ਛਾਉਣੀਆਂ ਪੱਟ ਲਓ ਗੋਰੇ ਲੁੱਟ ਕੇ ਖਜ਼ਾਨੇ ਲੈ ਗਏ ਹਿੰਦ ਦੇ ਅਸੀਂ ਜਿੱਤ ਤੇ ਜਰਮ ਨਾ ਤੋਂ ਹਿੰਦ ਜਿੰਦ ਦੇ ਸਹਿ ਜਾਂਦੇ ਨਾ ਜ਼ੁਲਮ ਬਿੰਦ ਬਿੰਦ ਦੇ ਨੀਤ ਖੋਟੀ ਅੰਗਰੇਜ਼ ਦੀ ਮੁਲਕ ਸੱਤ ਗਿਆ ਇੱਥੇ ਆਇਆ ਪਾਪੀ ਜਦੋਂ ਦਾ ਨਿਚੋੜੀ ਰੱਤ ਗਿਆ ਇੱਥੇ ਆਇਆ ਪਾਪੀ ਜਦੋਂ ਦਾ ਨਿਚੋੜੀ ਰੱਤ ਗਿਆ ਬਾਬੂ ਰਾਜਵਾਲੀ ਜੀ ਹਿੰਦੁਸਤਾਨ ਦੀ ਭੂਗੋਲਿਕ ਸੁੰਦਰਤਾ ਦਾ ਆਸ਼ਕ ਹੈ ਉਸਨੇ ਹਿੰਦੁਸਤਾਨ ਦੀ ਸੁੰਦਰਤਾ ਨੂੰ ਕਲਾਤਮਕ ਸ਼ਬਦਾਂ ਵਿੱਚ ਬੰਨਿਆ ਹੈ ਉਹ ਲਿਖਦੇ ਹਨ ਕਸ਼ਮੀਰ ਦੇ ਨਜ਼ਾਰੇ ਆਉਂਦੇ ਸੁਰਗ ਹੁਲਾਰੇ ਸੌਂਦੇ ਡੱਲ ਦੇ ਕਿਨਾਰੇ ਤੇ ਚਨਾਰ ਰੰਗਲੇ ਪਾਣੀ ਵਿੱਚ ਤੁਰਦੇ ਫਿਰਨ ਬੰਗਲੇ ਉੱਚੀ ਇੰਡੀਆ ਦੀ ਸ਼ਾਨ ਸਾਰੇ ਹਰੇ ਪਰਵਾਨ ਕਿਤੇ ਚੌੜੇ ਜੇ ਮੈਦਾਨ ਜੋ ਗੰਗਾ ਤੇ ਸਿੰਧ ਤੋਂ ਰੱਬ ਕੋਈ ਚੀਜ਼ ਨਾ ਲੁਕਾਈ ਹਿੰਦ ਤੋਂ ਰੱਬ ਕੋਈ ਚੀਜ਼ ਨਾ ਲੁਕਾਈ ਹਿੰਦ ਤੋਂ ਬਾਬੂ ਰਾਜਵਾਲੀ ਜੀ ਪਾਕਿਸਤਾਨ ਵਿੱਚ ਬੈਠਾ ਇਹ ਸ਼ਾਇਰ ਹਿੰਦੁਸਤਾਨ ਦੀ ਆਜ਼ਾਦੀ ਨੂੰ ਕਾਇਮ ਰੱਖਣ ਸੁੱਤੇ ਮੁਲਕ ਨੂੰ ਆਵਾਜ਼ਾਂ ਦੇ ਕੇ ਜਗਾਉਂਦਾ ਹੈ ਸੁਣੋ ਅਰਜ ਸਿਆਣਿਆਂ ਦੀ ਗਬਰੂ ਹੋ ਲਵਿਓ ਕਦੇ ਨਾ ਦਬਿਓ ਕੁੱਤੇ ਦੁੱਧ ਲੱਕ ਗਏ ਮਾਰ ਦੇ ਥੱਕ ਗਏ ਕਵੀ ਸ਼ਰਬਾਜਾਂ ਆਈਆਂ ਨੀਂਦਰਾਂ ਗੂੜੀਆਂ ਜੀ ਤੁਰਤ ਪੱਟ ਅੱਖ ਲਿਓ ਸੂਰਮਿਓ ਰੱਖ ਲਿਓ ਦੇਸ਼ ਦੀਆਂ ਲਾਜਾਂ ਰਾਜਵਾਲੀ ਹਿੰਦੁਸਤਾਨ ਦੀ ਤਕਸੀਮ ਕਰਨ ਦਾ ਬਹੁਤ ਵਿਰੋਧੀ ਸੀ ਉਹ ਰੰਗਲੇ ਦੇਸ਼ ਨੂੰ ਇਕੱਠਾ ਦੇਖਣਾ ਚਾਹੁੰਦਾ ਸੀ
ਬਾਬੂ ਰਾਜਬਲੀ ਦਾ ਦੇਸ਼ ਭਗਤੀ ਦਾ ਜਜ਼ਬਾ ਡੁੱਲ ਡੁੱਲ ਪੈਂਦਾ ਹੈ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ। ਅੱਜ ਇੰਨਾ ਹੀ। ਅਗਲੇ ਸੈਗਮੈਂਟ ਵਿੱਚ ਆਪਾਂ ਬਾਬੂ ਰਾਜਬਲੀ ਜੀ ਦੇ ਪੰਜਾਬ ਪ੍ਰੇਮ ਬਾਰੇ ਗੱਲਬਾਤ ਕਰਾਂਗੇ।